ਜੈ ਸ਼ੰਕਰ, ਜੈ ਨਾਗ ਦੇਵਤਾ। ਦੋਸਤੋ, ਤੁਹਾਨੂੰ ਦੋ ਸੱਪ ਦਿਖਾ ਰਹੇ ਹਾਂ, ਦੋਨੋਂ ਬਿਨਾਂ ਜ਼ਹਿਰ ਵਾਲੇ। ਇੱਕ ਸੱਪ ਨੂੰ ਅਸੀਂ ਕਹਿੰਦੇ ਹਾਂ ਕੋਮਨ ਵੁਲਫ ਸਨੇਕ। ਜਿੱਦਾਂ ਕਿ ਤੁਸੀਂ ਇਹਦਾ ਮੂੰਹ ਦੇਖ ਰਹੇ ਜੇ, ਇਹ ਸੱਪ 'ਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ। ਇਹ ਰਸੋਈ, ਬਾਥਰੂਮ, ਛਿਪਕਲੀਆਂ ਖਾਣ ਲਈ ਆ ਜਾਂਦਾ। ਇਹ ਸੱਪ ਬਿਨਾਂ ਜ਼ਹਿਰ ਵਾਲਾ, ਇਹਨੂੰ ਕਹਿੰਦੇ ਕੋਮਨ ਵੁਲਫ ਸਨੇਕ। ਜਿੱਦਾਂ ਕਿ ਦੋਸਤੋ ਇਹ ਸੱਪ ਰਿਲੀਜ਼ ਕਰਤਾ ਸੀ ਅਤੇ ਪਾਣੀ ਨਹੀਂ ਆ ਅਤੇ ਹਰ ਇੱਕ ਚੀਜ਼ ਹੈਗੀ। ਜਿੱਦਾਂ ਕਿ ਤੁਸੀਂ ਇੱਕ ਨਹਿਰ ਦਾ ਕਿਨਾਰਾ ਦੇਖ ਰਹੇ ਜੇ, ਅਤੇ ਇਹ ਸੱਪ ਜਿਹੜਾ ਤੁਹਾਨੂੰ ਦਿਖਾਉਂਦੇ ਹਾਂ ਜਾਂਦਾ। ਇਹ ਦੇਖੋ, ਇਹ ਕੋਮਨ ਵੁਲਫ ਸਨੇਕ ਦੋਸਤੋ, ਬਿਨਾਂ ਜ਼ਹਿਰ ਵਾਲਾ ਸੱਪ। ਫਿਰ ਤੁਹਾਨੂੰ ਦੂਸਰੇ ਸੱਪ ਦੀ ਵੀ ਜਾਣਕਾਰੀ ਦਿੰਦੇ ਹਾਂ। ਇਹਦਾ ਡਿਜ਼ਾਇਨ ਧਿਆਨ ਨਾਲ ਪਛਾਣੋ, ਇਹਦੇ ਰੰਗ ਧਿਆਨ ਨਾਲ ਪਛਾਣੋ, ਇਹਦੇ 'ਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ। ਇਹ ਦੇਖੋ, ਇਹ ਦੇਖੋ ਦੋਸਤੋ, ਜਿੱਦਾਂ ਕਿ ਸੱਪ ਜਿਹੜਾ ਵਾ ਬਿਲਕੁਲ ਆਪਾਂ ਰਿਲੀਜ਼ ਕਰਤਾ। ਹੁਣ ਤੁਹਾਨੂੰ ਦੂਸਰਾ ਸੱਪ ਦਿਖਾਉਂਦੇ ਹਾਂ। ਉਹਦੀ ਲੈਂਥ ਕਾਫੀ ਜ਼ਿਆਦਾ ਵੱਡੀ ਆ, ਉਹ ਕਾਫੀ ਜ਼ਿਆਦਾ ਵੱਡਾ ਸੱਪ ਹੈ। ਦੇਖੋ ਦੋਸਤੋ, ਇਹ ਦੇਖੋ ਦੋਸਤੋ ਸਾਡਾ ਕੰਮ ਕਿਸੇ ਵੀ ਸੱਪ ਦਾ ਜ਼ਹਿਰ ਕੱਢਣਾ ਨਹੀਂ, ਦੰਦ ਤੋੜਨਾ ਨਹੀਂ, ਕਿਸੇ ਜਾਨਵਰ ਨੂੰ ਪਰੇਸ਼ਾਨ ਕਰਨਾ ਨਹੀਂ। ਅਸੀਂ ਸਿਰਫ ਸੱਪ ਫੜਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਹਾਂ, ਅਤੇ ਜਿਸ ਵਾਤਾਵਰਨ 'ਚ ਸੱਪ ਰਹਿਣਾ ਪਸੰਦ ਕਰਦਾ ਵਾ ਉਸ ਵਾਤਾਵਰਨ ਦੇ ਵਿੱਚ ਸੱਪ ਨੂੰ ਛੱਡਦੇ ਹਾਂ, ਕਿ ਜਿੱਥੇ ਇਹਨੂੰ ਰੋਟੀ ਪਾਣੀ ਜੋ ਵੀ ਇਹਦੀ ਖੁਰਾਕ ਆ ਮਨ ਚਾਹੀ ਇਹਨੂੰ ਮਿਲਦੀ ਰਹੇ, ਕਿਉਂਕਿ ਹਰ ਇੱਕ ਨੂੰ ਜ਼ਿੰਦਗੀ ਜੀਣ ਦਾ ਹੱਕ ਆ। ਦੋਸਤੋ, ਮੇਰਾ ਯੂਟਿਊਬ 'ਤੇ ਚੈਨਲ ਆ ਸਨੇਕ ਮੈਨ ਪੰਜਾਬ, ਇੱਕ ਮੇਰਾ ਯੂਟਿਊਬ 'ਤੇ ਚੈਨਲ ਆ NAA ਅਤੇ ਜੀ ਨਾਗ ਕੇਤ ਬਾਈ। ਸਪੇਸ ਬਿਲਕੁਲ ਨਹੀਂ ਦੇਣੀ, ਮੇਰੀਆਂ ਸੱਪ ਫੜਦੇ ਦੀਆਂ ਵੀਡੀਓ ਸ਼ੋ ਹੋਣਗੀਆਂ। ਕਿਸੇ ਨੂੰ ਸਕਿੰਨ ਦੀ ਪ੍ਰੋਬਲਮ ਆ, ਕਿਸੇ ਨੂੰ ਚਮੜੀ ਆ, ਕੋਈ ਵੀ ਦਿੱਕਤ ਪਰੇਸ਼ਾਨੀ ਆ, ਉਹ ਚੀਜ਼ਾਂ ਦਾ ਅਸੀਂ ਹੱਲ ਕਰਦੇ ਹਾਂ। ਕਿਸੇ ਦੇ ਗੁਰਦੇ 'ਚ ਪੱਥਰੀ ਆ, 10 mm, 12 mm, ਅੱਜ ਤੁਹਾਨੂੰ ਅਸੀਂ ਪੱਥਰੀ ਦਾ ਇੱਕ ਨੁਸਖਾ ਦੱਸਦੇ ਹਾਂ। ਵੈਸੇ ਤਾਂ ਮੈਂ ਨੁਸਖੇ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕਰਦਾ, ਇਸ ਕਰਕੇ ਨਹੀਂ ਕਰਦਾ ਕਿਉਂਕਿ ਬਹੁਤ ਲੋਕ ਹੈਗੇ ਸੋਸ਼ਲ ਮੀਡੀਆ ਦੇ ਉੱਤੇ ਨੁਸਖੇ ਦੱਸਣ ਵਾਲੇ। ਤੁਸੀਂ ਕੀ ਕਰਨਾ, ਇੱਕ ਲੈਣਾ ਕੱਚ ਦਾ ਭਾਂਡਾ, ਕੱਚ ਦਾ ਭਾਂਡਾ ਜਿਹੜਾ ਵਾ ਲਗਭਗ ਇੰਨਾ ਕੁ ਆ। ਦੇਖੋ, ਕੱਚ ਦਾ ਭਾਂਡਾ ਲੈ ਲੈਣਾ, ਉਹਦੇ 'ਚ 300 ਗ੍ਰਾਮ ਨਿੰਬੂ ਦਾ ਰਸ ਪਾਉਣਾ, 300 ਗ੍ਰਾਮ ਨਿੰਬੂ ਦਾ ਰਸ ਪਾਉਣਾ। ਉਹਦੇ ਵਿੱਚ 15 ਖੱਟੀਆਂ ਕੌਡੀਆਂ ਪਾਉਣੀਆਂ। ਪੰਸਾਰੀ ਵਾਲੀ ਦੁਕਾਨ ਨੂੰ ਕਹਿਣਾ ਇੱਕ ਚਿੱਟੀ ਕੌਡੀ ਹੁੰਦੀ ਉਹ ਨਹੀਂ ਲੈਣੀ, ਉਹਨੂੰ ਕਹਿਣਾ ਖੱਟੀਆਂ ਕੌਡੀਆਂ ਦੇ ਦੇ।